ਇਹ ਤਸਵੀਰ ਉਸ ਨੌਜਵਾਨ ਦੀ ਹੈ ਜਿਸ ਦੀ ਲਾਸ਼ ਨਹਿਰ ਦੇ ਵਿੱਚ ਤੈਰਦੀ ਮਿਲੀ। 5 ਦਿਨਾਂ ਤੋਂ ਪੁਲਿਸ ਅਤੇ ਮਾਪੇ ਇਸ ਨੂੰ ਲੱਭ ਰਹੇ ਸੀ ਤਾਂ ਆਖਿਰਕਾਰ ਇਸ ਦੀ ਲਾਸ਼ ਨੂੰ ਨਹਿਰ ਦੇ ਵਿੱਚੋਂ ਬਾਹਰ ਕੱਢਿਆ। ਆਪਣੇ ਦੋਸਤਾਂ ਦੇ ਨਾਲ ਇਹ ਨੌਜਵਾਨ ਮੇਲਾ ਦੇਖਣ ਗਿਆ ਸੀ। ਰਸਤੇ ਦੇ ਵਿੱਚ ਨਹਿਰ ਦੇ ਵਿੱਚ ਨਹਾਉਣ ਲੱਗ ਪਏ ਔਰ ਨਹਾਉਂਦੇ ਸਮੇਂ ਇਹ ਦਰਦਨਾਕ ਭਾਣਾ ਵਾਪਰ ਗਿਆ। ਇਹ ਨੌਜਵਾਨ ਪਾਣੀ ਦੇ ਵਿੱਚ ਡੁੱਬ ਗਿਆ। 5 ਦਿਨਾਂ ਬਾਅਦ ਇਸ ਦੀ ਲਾਸ਼ ਆ ਜਿਹੜੀ ਉਹ ਮਿਲੀ ਹੈ। ਇਹ ਨੌਜਵਾਨ ਹਲਕਾ ਖੰਡੂਰ ਸਾਹਿਬ ਦੇ ਪਿੰਡ ਖਵਾਸਪੁਰਾ ਦਾ ਰਹਿਣ ਵਾਲਾ ਸੀ। ਪਿੰਡ ਸ਼ਕਰੀ ਨੇੜਿਓਂ ਇਸ ਨੌਜਵਾਨ ਦੀ ਲਾਸ਼ ਨਹਿਰ ਦੇ ਵਿੱਚ ਤੈਰਦੀ ਮਿਲੀ ਜਿਸ ਤੋਂ ਬਾਅਦ ਉਸਨੂੰ ਬਾਹਰ ਕੱਢਿਆ। ਇਸਦਾ ਨਾਮ ਆਕਾਸ਼ਦੀਪ ਸਿੰਘ ਹੈ ਜੋ ਆਪਣੇ ਦੋਸਤਾਂ ਦੇ ਨਾਲ ਪਿੰਡ ਬੈਪੂਈ ਵਿਖੇ ਮੇਲਾ ਦੇਖਣ ਗਿਆ ਸੀ। ਸ਼ਾਮ ਤੱਕ ਘਰ ਨਾ ਆਉਣ ਤੇ ਪੁਲਿਸ ਚੌਂਕੀ ਵਿਖੇ ਗੁੰਮ ਹੋਣ ਦੀ ਰਿਪੋਰਟ ਦਰਜ ਕਰਵਾਈ ਗਈ। ਲੜਕੇ ਦੇ ਵਾਰਸਾਂ ਅਤੇ ਪੁਲਿਸ ਦੇ ਵੱਲੋਂ ਕਾਫੀ ਇਸ ਨੌਜਵਾਨ ਦੀ ਭਾਲ ਕੀਤੀ ਗਈ ਪਰ ਇਹ ਨਹੀਂ ਲੱਭਿਆ ਤਾਂ ਆਖਿਰਕਾਰ 5 ਦਿਨਾਂ ਬਾਅਦ ਇਸ ਨੌਜਵਾਨ ਦੀ ਲਾਸ਼ ਫੁੱਲ ਕੇ ਪਾਣੀ ਦੇ ਉੱਪਰ ਆ ਗਈ। ਫਿਰ ਇਸ ਨੂੰ ਬਾਹਰ ਕੱਢਿਆ ਗਿਆ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਉਸ ਦੀ ਮੌਤ ਲਈ ਉਸਦੇ ਦੋਸਤਾਂ ਤੇ ਸ਼ੱਕ ਜ਼ਾਹਿਰ ਕੀਤਾ ਗਿਆ ਔਰ ਇਨਸਾਫ ਦੀ ਮੰਗ ਕੀਤੀ ਗਈ। ਬੱਚੇ ਨੂੰ ਸਵੇਰੇ 8 ਵਜੇ ਘਰੋਂ ਲੈ ਕੇ ਗਏ ਆਏ ਤੇ ਮੁੜ ਕੇ ਇਹਨਾਂ ਨੇ 3 ਵਜੇ ਨਹਿਰ 'ਚ ਨਹਾਉਣ ਨੂੰ ਖੜਿਆ ਅਤੇ 3 ਵਜੇ ਫੋਨ ਕਰਤਾ। 4 ਵਜੇ ਪਹਿਲਾਂ ਨਹਿਰ ਤੋਂ ਲੱਭਦੇ ਰਹੇ ਬੱਚੇ ਨੂੰ ਅਤੇ ਉਹਨਾਂ ਨੂੰ ਨਹੀਂ ਲੱਭਿਆ। ਫਿਰ 4 ਜਾਂ 5 ਵਜੇ ਇਹਨਾਂ ਨੂੰ ਬੱਚਿਆਂ ਨੇ ਇਹਨਾਂ ਨੂੰ ਫੋਨ ਕੀਤਾ ਵੀ ਤੁਹਾਡਾ ਬੱਚਾ ਡੁੱਬ ਗਿਆ ਵਾ। ਇਹਨਾਂ ਨੇ ਬੱਚੇ ਨੂੰ ਵਿਚਾਰੇ ਨੂੰ ਪਤਾ ਨਹੀਂ ਕਿੱਦਾਂ ਮਾਰਿਆ ਕਿੱਦਾਂ ਨਹੀਂ। ਤੁਹਾਡੇ ਬੱਚੇ ਦਾ ਬੱਚੇ ਦਾ ਨਾਂ ਆਕਾਸ਼ਦੀਪ ਸਿੰਘ। ਕਿੰਨੇ ਦਿਨ ਹੋ ਗਏ ਬੱਚੇ ਗਏ? ਬੱਚੇ ਨੂੰ ਅੱਜ 5ਵੇਂ ਦਿਨ ਲਾਸ਼ ਲੱਭੀ ਸਾਨੂੰ ਕੱਲ ਦੀ। ਜਦੋਂ ਬੱਚਾ ਘੁੰਮਿਆ ਥਾਣੇ ਰਿਪੋਰਟ ਲਿਖਾਈ ਸੀ? ਹਾਂਜੀ ਲਿਖਾਈ ਸੀ। ਉਹਨਾਂ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ। ਸਾਨੂੰ 5 ਦਿਨ ਹੋ ਗਏ ਧੱਕੇ ਖਾਂਦਿਆਂ ਨੂੰ। ਅੱਜ ਕਿੱਥੋਂ ਮਿਲੀ ਹੈ ਲਾਸ਼? ਲਾਸ਼ ਸਾਨੂੰ ਸ਼ਗਰੀ ਪਿੰਡ ਉੱਧਰੋਂ ਮਿਲੀ ਆ। ਕੀ ਮੰਗ ਕਰਦੇ ਜੀ? ਮੰਗ ਇਹ ਕਰਦੇ ਸਾਡੇ ਬੱਚੇ ਨੂੰ ਇਨਸਾਫ ਦਿੱਤਾ ਜਾਵੇ। ਸਾਡੇ ਬੱਚੇ ਨੂੰ ਉਹਨਾਂ ਨੇ ਬੇਰਹਿਮੀ ਦੇ ਨਾਲ ਮਾਰਿਆ ਹੈ। ਬੱਚਾ ਸਾਡਾ 18 ਸਾਲਾਂ ਦਾ ਸੀ, ਬਿਲਕੁਲ ਪੋਲਾ ਸੀ। ਉਹ ਘਰੋਂ ਲੈਣ ਆਈ, ਉਹ ਚੁੱਪ ਕਰਕੇ ਚਲ ਗਿਆ। ਉਹਦੀ ਮੰਮਾ ਨੇ ਕਿਹਾ ਵੀ ਕਾਸ਼ ਨਾ ਜਾ, ਕਿੱਥੇ ਚੱਲਿਆ ਮੰਮਾ ਮੈਂ ਆਉਣਾ ਵਾ। ਫਿਰ ਇਹਨਾਂ ਨੇ ਘਰੇ ਨਹੀਂ ਭੇਜਿਆ। ਮੁੜ ਕੇ ਅੱਜ 5 ਦਿਨ ਹੋ ਗਏ ਆ, ਸਾਡੀ ਕੋਈ ਸੁਣਵਾਈ ਨਹੀਂ ਕੀਤੀ ਇਹਨਾਂ ਨੇ। ਬੱਚੇ ਦੀ ਲਾਸ਼ ਮਿਲੀ ਉਦੋਂ ਘਰ ਹੋ ਗਈ ਸੀ? ਇਹ ਬੱਚੇ ਦੀ ਲਾਸ਼ ਜਿਹੜੀ ਹੈ 21 ਤਰੀਕ ਨੂੰ ਇਹ ਬੱਚੇ ਦੇ ਮਾਂ ਪਿਓ ਨੇ ਆਕਾਸ਼ਦੀਪ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਭੱਠਾ ਖਵਾਸਪੁਰ ਭੱਠੇ 'ਤੇ ਕੰਮ ਕਰਦੇ ਸੀ। ਇਹਨਾਂ ਨੇ ਰਬਟ ਸਾਨੂੰ ਦੱਸਿਆ ਸੀ ਕਿ ਬੱਚਾ ਸਾਡਾ ਮੇਲਾ ਵੇਖਣ ਗਿਆ ਮੇਨਪੁਰੀ ਅਤੇ ਉਹ ਵਾਪਸ ਨਹੀਂ ਆਇਆ, ਜੋ ਇਸ ਸੰਬੰਧ ਵਿੱਚ ਅਸੀਂ ਰਬਟ ਦਰਜ ਕਰਕੇ ਇਸ਼ਤਿਹਾਰ ਸ਼ੁਰੂ ਹੋ ਗਿਆ ਜਾਰੀ ਕਰ ਦਿੱਤਾ ਸੀ। ਅਤੇ ਉਸ ਤੋਂ ਬਾਅਦ ਪਤਾ ਲੱਗਾ ਕਿ ਇਹ ਬੱਚੇ ਜਿਹੜੇ ਆ ਨਹਾਉਂਦੇ ਸੀ ਕਿਤੇ। ਉਸ ਤੋਂ ਅਸੀਂ ਕੱਲ੍ਹ ਇਹਦਾ ਵੈਰੀਫਾਈ ਕਰਦੇ ਰਹੇ। ਕੱਲ੍ਹ ਇਹਦੀ ਡੈਡ ਬੋਡੀ ਜਿਹੜੀ ਆ ਪਿੰਡ ਸ਼ਕਰੀ ਤੋਂ ਸੂਏ ਤੋਂ ਨਹਿਰ ਤੋਂ ਮਿਲੀ ਹੈ ਜੀ। ਉਹ ਅੱਜ ਪੋਸਟਮਾਰਟਮ ਵਾਸਤੇ ਇੱਥੇ ਲੈ ਆਉਂਦੀ ਆ। ਡਾਕਟਰ ਦੀ ਰਿਪੋਰਟ ਆਉਣ ਤੋਂ ਬਾਅਦ ਜੋ ਵੀ ਕਾਨੂੰਨੀ ਕਾਰਵਾਈ ਹੋਏਗੀ, ਜੋ ਡਾਕਟਰ ਦੀ ਰਿਪੋਰਟ ਆਏਗੀ ਉਹਦੇ ਬਾਅਦ ਘਰ ਦੇ ਸ਼ੰਕਾ ਕਰ ਰਹੇ ਵੀ ਉਹ ਮੁੰਡੇ ਕਿਤੇ ਸਰਟੀਫਿਕੇਟ ਕੋਈ ਗੱਲਬਾਤ ਨਹੀਂ? ਉਹ ਅਸੀਂ ਸਾਰਾ ਵੈਰੀਫਾਈ ਕਰ ਲਿਆ। ਅਸੀਂ ਉਹ ਕਿਉਂਕਿ ਛੋਟੇ ਬੱਚੇ ਸੀ, ਇਹ ਮੇਲਾ ਵੇਖਣ ਗਏ ਸੀ, ਉੱਥੋਂ ਨਹਾ ਕੇ ਉੱਥੇ ਨਹਾਉਣ ਡਿਆ ਪਿਆ ਰਸਤੇ। ਨਹਾਉਣ ਤੋਂ ਬਾਅਦ ਇਹਨਾਂ ਨੇ ਕੋਈ ਕੋਈ ਗੱਲ ਨਹੀਂ ਆਈ ਜੀ, ਬਕਾਇਦਾ ਅਸੀਂ ਵੈਰੀਫਾਈ ਕਰ ਲਿਆ ਜੀ। ਬਾਕੀ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਅਗਲੀ ਕਾਰਵਾਈ ਹੋਏਗੀ। ਲੱਗਦਾ ਕਿ ਡੁੱਬਣ ਕਰਕੇ ਹੋਈ ਇੱਥੇ ਜੀ? ਹਾਂਜੀ ਹਾਂਜੀ, ਉਹ ਡੁੱਬਣ ਕਰਕੇ ਉੱਥੇ ਕਲੀਅਰ ਹੋ ਗਿਆ ਜੀ, ਉਹ ਕਾਰਨ ਡੈਡ ਬੋਡੀ ਜੀ ਉੱਥੋਂ ਲੈ ਆਏ ਜੀ। ਓਕੇ ਥੈਂਕ ਯੂ।